ਆਮ ਆਦਮੀ ਪਾਰਟੀ ਦਾ ਇਹੀ ਨਾਰਾ ਸੀ ਵੀ ਹੱਸਦਾ ਵੱਸਦਾ ਖੇਡਦਾ ਪੰਜਾਬ ਹੋਊਗਾ, ਅਤੇ ਉਸੇ ਤਹਿਤ ਸਾਰੇ ਪਾਸੇ ਜਿਹੜੀਆਂ ਇਹ ਇੱਦਾਂ ਦੀ ਖੇਡਾਂ ਹੋ ਰਹੀਆਂ ਅਤੇ ਅਸੀਂ ਉਤਸ਼ਾਹਿਤ ਕਰਨ ਜਾ ਰਹੇ ਹਾਂ। ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਸਾਰੀ ਸੁਸਾਇਟੀ ਦਾ ਵੀ ਜਿਹੜੇ ਇਹ ਹਰ ਸਾਲ ਖੇਚਲ ਕਰਦੇ ਨੇ ਅਤੇ ਆਪਣੇ ਤੌਰ 'ਤੇ ਇਹ ਸਾਰਾ ਕੁਛ ਕਰਵਾ ਕੇ ਟੂਰਨਾਮੈਂਟ ਕਰਵਾ ਕੇ ਇਹ ਜਿੱਥੇ ਸੁਸਾਇਟੀ ਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਪਾ। ਨੌਜਵਾਨਾਂ ਨੂੰ ਮੇਰੀ ਇਹੀ ਅਪੀਲ ਆ ਵੀ ਵੱਧ ਤੋਂ ਵੱਧ ਖੇਡਾਂ ਵੱਲ ਜੁੜੀਏ, ਚੰਗੇ ਕੰਮਾਂ ਵੱਲ ਜੁੜੀਏ, ਤਾਂ ਕਿ ਅਸੀਂ ਇੱਕ ਨਰੋਆ ਸਮਾਜ ਆ ਜਿਹੜਾ ਉਹਨੂੰ ਸਿਰਜ ਸਕੀਏ। ਐਂਟੀ ਨਾਰਕੋਟਿਕਸ ਟਾਸਕ ਫੋਰਸ, ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ, ਚਾਹੇ ਉਹ ਲਾਅ ਅਫਸਰ ਹੋਣ, ਚਾਹੇ ਉਹ ਫੋਰੈਂਸਿਕ ਦੇ ਹੋਣ, ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ, ਤੇ ਆਪਣੇ ਹੀ ਹੋਣਗੇ ਇਹਨਾਂ ਦੇ। ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ, ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9781701200 ਤੇ ਮੈਸੇਜ ਕਰੋ। ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ। ਫਰੈਂਡਜ਼ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਮੋਹਾਲੀ ਦੇ ਫੇਸ 11 ਵਿਖੇ 6ਵੇਂ ਖੇਡ ਮੇਲੇ ਦਾ ਆਗਾਜ਼ ਕੀਤਾ ਗਿਆ, ਜਿੱਥੇ ਮੁੱਖ ਮਹਿਮਾਨ ਵਜੋਂ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹੋਰੀ, ਇਹਨਾਂ ਤੋਂ ਇਲਾਵਾ ਹੋਰ ਵੀ ਧਾਰਮਿਕ ਤੇ ਸਮਾਜਿਕ ਸਖਸ਼ੀਅਤਾਂ ਉਚੇਚੇ ਤੌਰ ਤੇ ਪਹੁੰਚੀਆਂ ਨੇ। ਇਸ 6ਵੇਂ ਖੇਡ ਮੇਲੇ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਕੀਤਾ। ਇਸ ਮੌਕੇ ਵਿਧਾਇਕ ਨੇ ਖੇਡਾਂ ਦਾ ਆਨੰਦ ਵੀ ਮਾਣਿਆ। ਇਸ ਮੌਕੇ ਮੀਡੀਆ ਦੇ ਮੁਖਾਤਬ ਹੁੰਦਿਆਂ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਕਿਹਾ ਕਿ ਸਮਾਜ ਨੂੰ ਨਰੋਆ ਅਤੇ ਸੁਹਿਰਦ ਬਣਾਉਣ ਲਈ ਖੇਡਾਂ ਦਾ ਹੋਣਾ ਬੜਾ ਜ਼ਰੂਰੀ ਹੈ। ਦੇਖੋ, ਇਹ 6ਵਾਂ ਖੇਡ ਮੇਲਾ ਹੈ 11 ਫੇਸ ਦੇ ਵਿੱਚ, ਜਿਹੜੀ ਫਰੈਂਡ ਸਪੋਰਟਸ ਅਤੇ ਸੋਸ਼ਲ ਵੈਲਫੇਅਰ ਕਮੇਟੀ ਬਣੀ ਹੋਈ ਆ, ਉਹ ਉਹਨੇ ਕਰਵਾਇਆ। ਪਹਿਲਾਂ 5 ਜਿਹੜੇ ਮੇਲੇ ਨੇ ਕਾਮਯਾਬੀ ਨਾਲ ਕਰਵਾ ਚੁੱਕੇ ਨੇ, ਅਤੇ ਹੁਣ ਵੀ ਜਿਹੜੀ ਇਹ ਸੁਸਾਇਟੀ ਆ ਇਹ ਮੇਲੇ ਦੀ ਅੱਜ ਸ਼ੁਰੂਆਤ ਕੀਤੀ ਆ। ਆਮ ਆਦਮੀ ਪਾਰਟੀ ਦਾ ਇਹੀ ਨਾਰਾ ਸੀ ਵੀ ਹੱਸਦਾ ਵੱਸਦਾ ਖੇਡਦਾ ਪੰਜਾਬ ਹੋਊਗਾ, ਅਤੇ ਉਸੇ ਤਹਿਤ ਸਾਰੇ ਪਾਸੇ ਜਿਹੜੀਆਂ ਇਹ ਇੱਦਾਂ ਦੀ ਖੇਡਾਂ ਹੋ ਰਹੀਆਂ ਅਤੇ ਅਸੀਂ ਉਤਸ਼ਾਹਿਤ ਕਰਨ ਜਾ ਰਹੇ ਹਾਂ, ਤਾਂ ਕਿ ਬੱਚੇ ਅਤੇ ਜਿਹੜੇ ਖੇਡਾਂ ਕਰਾਉਣ ਵਾਲੇ ਨੇ ਉਹਨਾਂ ਨੂੰ ਹੌਸਲਾ ਮਿਲੇ ਅਤੇ ਉਹ ਵੱਧ ਤੋਂ ਵੱਧ ਇੱਦਾਂ ਦੇ ਟੂਰਨਾਮੈਂਟ ਕਰਾਉਣ, ਕਿਉਂਕਿ ਇੱਦਾਂ ਦੇ ਟੂਰਨਾਮੈਂਟ ਕਰਾਉਣੇ ਬੜੇ ਮੁਸ਼ਕਲ ਨੇ। ਸਾਰਿਆਂ ਨੂੰ ਰਲ ਮਿਲ ਕੇ ਪੈਸਾ ਵੀ ਖਰਚਣਾ ਪੈਂਦਾ, ਟਾਈਮ ਵੀ ਦੇਣਾ ਪੈਂਦਾ। ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਇਹ ਸਾਰੀ ਸੁਸਾਇਟੀ ਦਾ ਵੀ ਜਿਹੜੇ ਇਹ ਹਰ ਸਾਲ ਖੇਚਲ ਕਰਦੇ ਨੇ ਅਤੇ ਆਪਣੇ ਤੌਰ 'ਤੇ ਸਾਰਾ ਕੁਛ ਕਰਵਾ ਕੇ ਟੂਰਨਾਮੈਂਟ ਕਰਵਾ ਕੇ ਇਹ ਜਿੱਥੇ ਸੁਸਾਇਟੀ ਦੇ ਵਿੱਚ ਇੱਕ ਬੜਾ ਵੱਡਾ ਯੋਗਦਾਨ ਪਾ ਰਹੇ, ਉੱਥੇ ਆਪਣੇ ਬੱਚਿਆਂ ਨੂੰ ਮਤਲਬ ਸਹੀ ਰਸਤੇ 'ਤੇ ਜਿਹੜਾ ਉਹ ਪਾ ਰਹੇ ਨੇ, ਅਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਹਨਾਂ ਨੂੰ ਹੋਰ ਸ਼ਕਤੀ ਦੇਵੇ ਅਤੇ ਉਹ ਹੋਰ ਵੀ ਸਮਾਜ ਦੀ ਜਿਹੜੀ ਸੇਵਾ ਇਹ ਕਰ ਸਕਣ। ਨੌਜਵਾਨਾਂ ਨੂੰ ਮੇਰੀ ਇਹੀ ਅਪੀਲ ਆ ਵੀ ਵੱਧ ਤੋਂ ਵੱਧ ਖੇਡਾਂ ਵੱਲ ਜੁੜੀਏ, ਚੰਗੇ ਕੰਮਾਂ ਵੱਲ ਜੁੜੀਏ, ਤਾਂ ਕਿ ਅਸੀਂ ਇੱਕ ਨਰੋਆ ਸਮਾਜ ਆ ਜਿਹੜਾ ਉਹਨੂੰ ਸਿਰਜ ਸਕੀਏ, ਔਰ ਇੱਕ ਨਰੋਆ ਸਮਾਜ ਹੈ ਜਿਹੜਾ ਉਹ ਆਪਣੇ ਪਰਿਵਾਰ ਦੀ ਰਾਖੀ ਕਰ ਸਕਦਾ। ਨਰੋਆ ਇਨਸਾਨ ਜਿਹੜਾ ਉਹੀ ਜਿਹੜਾ ਆਪਣੇ ਪਰਿਵਾਰ ਦੀ ਰਾਖੀ ਕਰ ਸਕਦਾ, ਉਹੀ ਆਪਣੇ ਸਮਾਜ ਦੀ ਰਾਖੀ ਕਰ ਸਕਦਾ, ਅਤੇ ਉਹੀ ਆਪਣੇ ਦੇਸ਼ ਦੀ ਅਤੇ ਸੱਭਿਅਤਾ ਦੀ ਜਿਹੜੀ ਰਾਖੀ ਆ ਉਹ ਕਰ ਸਕਦਾ।
ਹਾਂਜੀ, ਇਹ ਖੇਡਾਂ 2014 ਵਿੱਚ ਸ਼ੁਰੂ ਕੀਤੀਆਂ ਗਈਆਂ ਸਨ। ਇਹ ਮੇਰੇ ਪਿਤਾ ਜੀ ਨੇ ਸਾਨੂੰ ਉਹਨੇ ਸਹਿਯੋਗ ਸਕਾ ਸ਼ੁਰੂ ਹੋਈਆਂ ਸਨ ਅਤੇ ਅਸੀਂ ਇਹ ਖੇਡਾਂ ਹਰੇਕ ਸਾਲ ਕਰਾਉਂਦੇ ਹਾਂ। ਇਹ 6ਵਾਂ ਖੇਡ ਮੇਲਾ ਸਾਡਾ ਜੀ। ਇਹ ਖੇਡਾਂ ਅੰਡਰ 14 ਕਰਾਈ ਜਾਂਦੀਆਂ ਹਨ। ਇਸ ਵਿੱਚ ਬਾਸਕਟਬਾਲ, ਸਾਈਕਰੇਸ, ਬੈਡਮਿੰਟਨ ਅਤੇ ਹੋਰ ਖੇਡਾਂ ਕਰਾਈਆਂ ਜਾਂਦੀਆਂ ਹਨ। ਅੱਜ ਇੱਥੇ ਮਾਣਯੋਗ ਸਰਦਾਰ ਕੁਲਵੰਤ ਸਿੰਘ ਜੀ MLA ਹਲਕਾ ਮੋਹਾਲੀ, ਬੀਬੀ ਪਰਮੀ ਕੌਰ ਲਾਂਡਰਾ ਮੈਂਬਰ IGPC ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਸਨ। ਅੱਜ ਮੰਗਾਂ ਦਾ ਇਹ ਸੀਗਾ ਕਿ ਤਾਂ ਜਿਹੜੇ ਨਵੀਆਂ ਸੜਕਾਂ ਬਣਦੀਆਂ ਨੇ, ਨਵਾਂ ਪਾਲਿਸੀ ਹੈ, ਨਵਾਂ ਆਪਣਾ ਸੈਕਟਰ ਕੱਟ ਹੋ ਰਹੇ ਨੇ, ਉਹਨਾਂ ਵਿੱਚ ਸਾਈਕਲ ਟਰੈਕ ਬਣਾਇਆ ਜਾਵੇ। ਦੂਜਾ, ਜਿਹੜੇ ਯੋਗਸ਼ਾਲਾ ਪਾਰਕਾਂ ਵਿੱਚ ਹੋ ਰਹੇ ਨੇ ਮਾਲੀ ਸਾਰੇ, ਉਹ ਬਰਸਾਤ ਦੇ ਦਿਨਾਂ 'ਚ ਜਾਂ ਠੰਡ 'ਚ ਉਹ ਨਹੀਂ ਹੁੰਦਾ ਹੈਗਾ, ਉਹਨਾਂ ਵਾਸਤੇ ਅਸੀਂ ਕਿਹਾ ਵੀ ਇਹਨਾਂ ਨੂੰ ਇਨਡੋਰ ਉੱਥੇ ਸ਼ੈੱਡ ਬਣਾਇਆ ਜਾਵੇ, ਕੋਈ ਵੀ ਉਹਨਾਂ ਦੀ ਜਿਹੜੀ ਉਹਦੀ ਰੋਜ਼ ਦਾ ਰੋਜ਼ ਯੋਗਸ਼ਾਲਾ ਰੋਜ਼ ਹੋਵੇ, ਹਰ ਰੋਜ਼ ਹੋਵੇ, ਵਿੱਚ ਵਿਘਨ ਨਾ ਪਵੇ। ਹਾਂਜੀ, MLA ਸਾਹਿਬ ਨੇ ਇਹ ਕਿਹਾ ਵੀ ਇਹ 1 ਮਿੰਟ ਦੇ ਵਿੱਚ ਜਾਂ ਵੀ ਤੁਸੀਂ ਦੱਸੋ ਜਗ੍ਹਾ ਦੱਸੋ ਵੀ ਕਿੱਥੇ ਬਣਾਉਣਾ, ਅਸੀਂ ਬਣਾ ਕੇ ਦੇਵਾਂਗੇ। ਠੀਕ ਹੈ ਜੀ। ਇੱਕ ਸੁਸਾਇਟੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੀ ਹੈ ਅਤੇ ਉਦੋਂ ਸਰਕਾਰ ਵੀ ਖੇਡਾਂ ਵੱਲ ਪ੍ਰੇਰਿਤ ਕਰ ਰਹੀ ਹੈ ਨੌਜਵਾਨਾਂ ਨੂੰ, ਕੀ ਲੱਗਦਾ ਵੀ ਜਿਹੜੀਆਂ ਖੇਡਾਂ ਨੇ ਨੌਜਵਾਨਾਂ ਦੇ ਲਈ ਬਹੁਤ ਜ਼ਰੂਰੀ ਨੇ ਅਜੋਕੇ ਸਮੇਂ ਦੀ ਜੇਕਰ ਗੱਲ ਕਰੀਏ? ਹਾਂਜੀ, ਖੇਡਾਂ ਬਹੁਤ ਜ਼ਰੂਰੀ ਨੇ, ਕਿਉਂਕਿ ਜੇ ਖੇਡਾਂ ਨਹੀਂ ਹੈਗੀਆਂ ਤਾਂ ਸਾਡਾ ਜੇ ਸਰੀਰ ਤੰਦਰੁਸਤ ਨਹੀਂ ਹੈਗਾ ਤਾਂ ਅਸੀਂ ਕੁਛ ਨਹੀਂ ਕਰ ਸਕਦੇ। ਕਿਉਂ ਅੱਜ ਕੱਲ੍ਹ ਤੁਹਾਨੂੰ ਪਤਾ ਵੀ ਪੰਜਾਬ 'ਚ ਨਸ਼ਾ ਬਹੁਤ ਚੱਲ ਰਿਹਾ, ਨਸ਼ੇ ਨੂੰ ਤੋਂ ਦੂਰ ਕਰਨ ਲਈ ਸਾਨੂੰ ਖੇਡਾਂ, ਬੱਚਿਆਂ ਦੀ ਰੁਚੀ ਪੈਦਾ ਕਰਨੀ ਚਾਹੀਦੀ ਆ, ਖੇਡਾਂ ਨੂੰ ਪ੍ਰਫੁੱਲਿਤ ਕਰਨਾ ਚਾਹੀਦਾ। ਸਰਕਾਰ ਇਸ ਬਾਰੇ ਪੂਰਾ ਸਹਿਯੋਗ ਦੇ ਰਹੀ ਹੈ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਹਾਂ ਖੇਡਾਂ ਪ੍ਰਤੀ ਜਿਹੜਾ ਹੋਰ ਮਾੜਾ ਧਿਆਨ ਹੈ ਪੂਰਾ ਕਰਿਓ। ਸੋ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਨੇ ਸੁਸਾਇਟੀ ਦੇ ਸਾਰੇ ਮੈਂਬਰਾਂ ਅਤੇ ਖਿਡਾਰੀਆਂ ਨੂੰ ਜਿੱਥੇ ਵਧਾਈ ਦਿੱਤੀ ਹੈ ਉੱਥੇ ਹੀ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਵੀ ਕੀਤਾ ਤਾਂ ਕਿ ਖਿਡਾਰੀ ਖੇਡ ਜਗਤ ਅੰਦਰ ਹੋਰ ਵੀ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਅਤੇ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਦਨਮਿਊਟ ਲਈ ਮੋਹਾਲੀ ਤੋਂ ਬਿਊਰੋ ਰਿਪੋਰਟ।